ਸਾਰਿਆਂ ਪਹਿਲੇ ਤੇ ਸਾਨੂੰ ਸਭ ਬਹੁਤ ਬਹੁਤ ਤੁਹਾਡਾ ਮੁਬਾਰਕਾਂ ਐਂਡ ਮੈਂ ਸਭ ਨਾਲ ਬੜੀ ਪੋਜ਼ਿਟਿਵ ਨੋਟ ਤੇ ਇਹ ਹਾਊਸ ਦੀ ਸ਼ੁਰੂਆਤ ਹੋਈ ਯੂਨੈਨਿਮਸ ਤੁਹਾਡੀ ਇਲੈਕਸ਼ਨ ਹੋ ਗਈ ਦੈਟ ਮੀਨਸ ਕਿ ਪੰਜਾਬ ਇਹ ਚਾਹੁੰਦਾ ਕਿ ਸੁਚੱਜੇ ਢੰਗ ਦੇ ਨਾਲ ਗਵਰਨਮੈਂਟ ਵੀ ਚੱਲੇ ਅਤੇ ਸੁਚੱਜੇ ਢੰਗ ਦੇ ਨਾਲ ਜਿਹਦੀ ਓਪੋਜੀਸ਼ਨ ਵੀ ਜਿੱਥੇ ਕਿਤੇ ਲੋੜ ਹੈ ਲੋਕਾਂ ਦੇ ਮੁੱਦਿਆਂ ਤੋਂ ਉੱਥੇ ਹੋਈ ਆਪਣੇ ਛੋਟੇ ਵੀਰ ਨੂੰ ਸਭਵੰਤ ਸਿੰਘ ਮਾਨ ਜੀ ਨੂੰ ਸਾਰੀ ਉਹਨਾਂ ਦੀ ਨਵੀਂ ਕੈਬਨਿਟ ਤੋਂ ਉਹਨਾਂ ਦੇ ਸਾਰੇ ਹੀ ਇਲੈਕਟਿਡ ਸਾਡੇ ਸਾਰੇ ਹਾਊਸ ਦੇ MLAs ਨੂੰ ਮੇਰੀ ਦਿਲੀ ਮੁਬਾਰਕਬਾਦ ਹੈ। ਬਹੁਤ ਲੰਬਾ ਅਰਸਾ ਮਾਨ ਸਾਹਿਬ ਨੇ ਅਤੇ ਮੈਂ ਦੋਨਾਂ ਨੇ ਹਿੰਦੁਸਤਾਨ ਦੀ ਪਾਰਲੀਮੈਂਟ 'ਚ ਕੰਮ ਕਰਨ ਦਾ ਸਾਨੂੰ ਮੌਕਾ ਮਿਲਿਆ। ਜ਼ਿਕਰ ਵੀ ਕੀਤਾ ਮਾਨ ਸਾਹਿਬ ਨੇ ਕਈ ਵਾਰ ਲਾਈਵ ਵੀਡੀਓ ਵੀ ਬਣਾਉਣੇ ਪਏ ਆਪਣੀ ਗੱਲ ਰੱਖਣ ਵਾਸਤੇ, ਪ੍ਰਚਲਿਤ ਵੀ ਹੋਏ, ਦੋਨੋਂ ਪਾਸੇ ਤਗੜਾ ਵੀ ਮਿਲਿਆ, ਮਸਾ ਹੀ ਕਦੇ ਬਚਾਅ ਹੋਇਆ। ਤੋ ਮੈਂ ਜ਼ਰੂਰ ਇਹ ਬਹੁਤ ਇੱਕ ਪੋਜ਼ਿਟਿਵ ਗੱਲ ਹੈ ਕਿ ਲਾਈਵ ਜਿਸ ਤਰ੍ਹਾਂ ਰਾਜ ਸਭਾ ਅਤੇ ਲੋਕ ਸਭਾ ਦੇ ਵਿੱਚ ਟੈਲੀਵਿਜ਼ਨ ਚੱਲਦਾ, ਪੰਜਾਬ ਵਿਧਾਨ ਸਭਾ ਲਾਈਵ ਹੋਣਾ ਚਾਹੀਦਾ, ਸੋ ਦੈਟ ਮਨਿਸਟਰ ਦੀ ਪਰਫੋਰਮੈਂਸ, ਚੀਫ ਮਨਿਸਟਰ ਦੀ ਪਰਫੋਰਮੈਂਸ, ਓਪੋਜੀਸ਼ਨ ਦੀ ਪਰਫੋਰਮੈਂਸ ਲੋਕਾਂ ਨੂੰ ਸਾਹਮਣੇ ਨਜ਼ਰ ਆ ਸਕੇ। ਮੇਰੀ ਗੁਜ਼ਾਰਿਸ਼ ਮਾਨ ਸਾਹਿਬ ਤੁਹਾਡੇ ਤੋਂ ਹੈ, ਬਾਕੀਆਂ ਤੋਂ ਤਾਂ ਆਸ ਉਮੀਦ ਕਰ ਸੀ, ਰਵਾਇਤੀ ਪਾਰਟੀਆਂ ਕੋਲ ਤੁਸੀਂ ਨਵੇਂ ਆਏ, ਕੇਜਰੀਵਾਲ ਸਾਹਿਬ ਨੇ ਵੀ ਇਹ ਪ੍ਰੋਮਿਸ ਕੀਤਾ, ਤੁਸੀਂ ਵੀ ਕੀਤਾ, ਅਤੇ ਮੈਂ ਤੁਹਾਨੂੰ ਸੁਝਾਅ ਦੇਵਾਂਗਾ ਹਾਊਸ ਘੱਟੋ ਘੱਟ ਸਾਡੇ ਜਿਹੜੇ ਕੰਸਟੀਟਿਊਸ਼ਨ ਜਿਹਨਾਂ ਨੇ ਲਿਖੀ ਸੀ ਉਹ ਫੋਰ ਫਾਦਰਸ ਨੇ ਐਨਵਿਸਿਸ ਕੀਤਾ ਸੀ ਕਿ ਘੱਟੋ ਘੱਟ ਹਾਊਸ 100 ਤੋਂ 125 ਦਿਨ ਚੱਲਣਾ ਚਾਹੀਦਾ, ਜਿਸ ਤਰ੍ਹਾਂ ਹਿੰਦੁਸਤਾਨ ਦੀ ਪਾਰਲੀਮੈਂਟ ਚੱਲ। ਪਹਿਲੇ ਇਨੀਸ਼ੀਅਲ ਹਾਊਸਿਸ ਸਾਡੇ 3-4 ਇਸ ਤਰ੍ਹਾਂ ਹੀ ਚੱਲਦੇ ਆ, ਫਿਰ ਜਿਸ ਤਰ੍ਹਾਂ ਤੁਹਾਨੂੰ ਪਤਾ ਰਵਾਇਤੀ ਪਾਰਟੀਆਂ ਓਪੋਜੀਸ਼ਨ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੀਆਂ, ਬਹੁਤ ਕੁਝ ਉਹਨਾਂ ਕੋਲ ਲੁਕਾਉਣ ਨੂੰ ਹੁੰਦਾ, ਤੋ ਤੁਹਾਡੇ ਕੋਲ ਲੁਕਾਉਣ ਨੂੰ ਘੱਟ, ਤੋ ਕਿਰਪਾ ਕਰਕੇ ਪੂਰਾ ਚਲਾਓ, ਸੋ ਦੈਟ ਤੁਹਾਡੇ ਜਿੰਨੇ ਹੁਣ ਕੈਬਨਿਟ ਵੀ ਬਣੀ ਹੈ ਵੀ ਕਿਸੇ ਨੂੰ ਅਜੇ ਤੱਕ ਤਜਰਬਾ, ਇਹਨੂੰ ਤਜਰਬਾ ਤਾਂ ਹੋਏਗਾ ਜੇ ਪੜ੍ਹਨ ਦਾ ਮੌਕਾ ਮਿਲੇਗਾ, ਇਹ ਰਿਸਰਚ ਕਰ ਸਕਣਗੇ। ਅਸੀਂ ਵੀ ਇੱਥੇ ਰਹੇ, 4 ਵਾਰ ਮੈਂ ਪਹਿਲੇ ਰਹੇ ਹਾਂ, ਮਨਿਸਟਰ ਵੀ ਰਹੇ ਹਾਂ, 4 ਮੁੱਖ ਮੰਤਰੀ ਹਨ, ਅਸੀਂ ਵੀ ਕਦੀ ਕੋਈ ਵੱਢ ਕੇ ਨਹੀਂ ਸੀ ਆਏ, ਕਿਉਂਕਿ ਸਾਹਮਣੇ ਕਿਸੇ ਦਾ ਜਵਾਬ ਵੀ ਕਦੀ ਨਹੀਂ ਸੀ ਦਿੱਤਾ, ਮਖੌਲ ਕੀਤਾ, ਨਾ ਕਦੀ ਇੱਕ ਦਿਨ ਹੁਜਰੀ ਚ ਗੁਜ਼ਰ ਜਾਣਾ, ਇੱਕ ਦਿਨ ਚੀਫ ਮਨਿਸਟਰ ਨੇ ਆਪਣਾ ਜਵਾਬ ਦੇ ਦੇਣਾ, ਇੱਕ ਦਿਨ ਮਨਿਸਟਰਾਂ ਨੂੰ ਕੋਈ ਮੌਕਾ ਮਿਲਣਾ, ਹਾਸੇ ਮਜ਼ਾਕ ਚ ਹੋ ਜਾਣਾ। ਸਹੀ ਪਹਿਣੇ ਦੇ ਵਿੱਚ ਜਿਹੜਾ ਰੋਲ ਹੈ ਇੱਥੇ ਸਮਝੋ ਕਾਨੂੰਨ ਬਣਾਉਣ ਵਾਲਾ, ਉਹ ਤਾਂ ਅਸੀਂ ਤਾਂ ਬਸ ਜਿੰਨੇ MLA ਤੇ ਸਾਡਾ ਤਾਂ ਕੰਮ ਬਸ ਭੋਗ ਤੇ ਵਿਆਹ ਤੇ ਸ਼ਾਦੀਆਂ ਤੇ, ਜਿਹੜਾ ਅਸਲ ਕੰਮ ਸਾਡਾ ਉਹ ਦੈਟ ਇਸ ਦ ਹੋਲ ਪਰਪਸ ਇਜ਼ ਡਿਫੀਟਡ। ਮੈਂ ਬੇਨਤੀ ਕਰਾਂਗਾ 125 ਦਿਨ ਇੱਥੇ ਕੰਮ ਚੱਲੇ ਹੈ, ਹਰ MLA ਨੂੰ ਆਪਣੀ ਗੱਲ ਕਰਨ ਦਾ ਮੌਕਾ ਮਿਲੇ, ਹਰ ਏਰੀਏ ਨੂੰ ਰਿਪ੍ਰੈਜੈਂਟੇਸ਼ਨ ਕਰਨ ਦਾ ਮੌਕਾ ਮਿਲੇ, ਤੁਸੀਂ ਖੁੱਲ੍ਹ ਕੇ ਆਪਣੀ ਗੱਲ ਰੱਖੋ। ਸੋ ਅਸੀਂ ਕਹਿਤਾ ਤੁਹਾਡੀ ਜਿੱਥੇ ਮਦਦ ਦੀ ਲੋੜ ਹੈ ਉੱਥੇ ਮਦਦ ਵੀ ਕਰਾਂਗੇ। ਬਹੁਤ ਸਾਰੇ ਮੁੱਦੇ ਹੁਣ ਆ ਰਹੇ ਨੇ ਆਪਣੇ ਸਾਹਮਣੇ, ਪੰਜਾਬ ਦੇ ਪਾਣੀਆਂ ਦਾ ਮੁੱਦਾ, ਕਈ ਮੁੱਦੇ ਨੇ ਜਿਹੜੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਪੈਣਾ, ਬਿਜਲੀ ਦੇ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਆਉਣੀਆਂ। ਸੋ ਇਹਦੇ ਵਿੱਚ ਜਿੱਥੇ ਮੈਂ ਸਤਵੰਤ ਸਾਹਿਬ ਬਿਲਕੁਲ ਠੀਕ ਹੈ ਕਿ ਸਪੀਕਰ ਜਿਹੜਾ ਆਨਰੇਬਲ ਸਪੀਕਰ ਦੀ ਪੋਸਟ ਹੁੰਦੀ ਉਹਦਾ ਜ਼ਿਆਦਾ ਧਿਆਨ ਇਸ ਹੱਥ ਹੋਣਾ ਚਾਹੀਦਾ, ਕਿਉਂਕਿ ਤੁਹਾਨੂੰ ਤਾਂ ਮੌਕਾ ਦੇ ਦਿੱਤਾ ਜੀ। ਸੋ ਕਿਰਪਾ ਕਰਕੇ ਮੇਰੇ ਵੱਲੋਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕ, ਕਿਉਂਕਿ ਨਾਮੀ ਪਰਿਵਾਰ, ਕੋਈ ਛੋਟਾ ਪਰਿਵਾਰ ਨਹੀਂ, ਸਤਵੰਤ ਸਿੰਘ ਮਾਨ ਜੀ ਰਾਸ਼ਟਰਪਤੀ ਤੱਕ ਪਹੁੰਚੇ ਨੇ, ਇਹਨਾਂ ਦਾ ਪਰਿਵਾਰ ਜਿਹੜਾ ਨਾਮੀ ਪਰਿਵਾਰ ਹੈ, ਸਾਡੀ ਪਾਰਟੀ ਨਾਲ ਹੀ ਲਿੰਕਡ ਨੇ ਪੁਰਾਣੇ, ਅਤੇ ਸਾਨੂੰ ਇਸ ਗੱਲ ਦੀ ਆਸ ਵੀ ਹੈ ਕਿ ਸਾਡੇ ਨਾਲ ਥੋੜ੍ਹਾ ਮੋਟਾ ਜਿਹਾ ਜਿੱਥੇ ਰਿਸ਼ਤੇਦਾਰੀ ਲੰਬੀ ਹੋਈ ਉਹਦੇ ਵੱਲ ਧਿਆਨ ਵਿਸ਼ੇਸ਼ ਕੇ ਜ਼ਰੂਰ ਕਰਨਗੇ ਤੁਹਾਡਾ। ਬਾਕੀਆਂ ਦਾ ਵੀ ਮੈਨੂੰ ਬਹੁਤ ਖੁਸ਼ੀ ਵਾਲੀ ਗੱਲ ਹੈ, ਜਿਹਨਾਂ ਦੀ ਅਸੀਂ ਕਦਰ ਨਹੀਂ ਪਾਏ, ਅਤੇ ਮੇਰੇ ਸਾਥੀ ਜਿਹੜੇ ਮਿਰਨਾ ਨੇ ਉਹ ਇੱਧਰ ਬੈਠੇ, ਬੜੀ ਖੁਸ਼ੀ ਵਾਲੀ ਗੱਲ ਹੈ, ਅਸੀਂ ਉਹਨਾਂ ਦੀ ਕਦਰ ਤੇ ਘੱਟ ਘੱਟ ਪਾਈ। ਸੋ ਮੈਂ ਮੁਬਾਰਕ ਦੇਣਾ ਚਾਹੁੰਦਾ ਸਾਰਿਆਂ ਨੂੰ, ਕਿਰਪਾ ਕਰਕੇ ਇਕੱਠੇ ਹੋ ਕੇ ਚੱਲੀਏ, ਪੰਜਾਬ ਦੀ ਬਿਹਤਰੀ ਵਾਸਤੇ ਚੱਲੀਏ। ਇੰਨਾ ਹੀ ਕਹਿੰਦਾ ਹੋਇਆ ਸਪੀਕਰ ਸਾਹਿਬ, ਤੁਹਾਨੂੰ ਬਹੁਤ ਬਹੁਤ ਮੁਬਾਰਕ, ਸਾਡੇ ਛੋਟੇ ਵੀਰ ਸਤਵੰਤ ਸਿੰਘ ਮਾਨ ਨੂੰ, ਨਵੀਂ ਕੈਬਨਿਟ ਦੇ ਸਾਡੇ ਨੌਜਵਾਨ ਨਵੀਨਾਂ ਨੂੰ, ਇਹਨਾਂ ਨੂੰ ਵੀ ਤੇ MLA ਸਾਹਿਬਾਨ ਨੂੰ, ਤੇ ਇੱਕ ਪਰਿਵਾਰ ਵਜੋਂ ਚੱਲ ਸਕੀਏ, ਇੰਨਾ ਹੀ ਕਹਿੰਦਾ ਹੋਇਆ ਦਾਦਾ ਨੂੰ, ਬਹੁਤ ਬਹੁਤ ਸ਼ੁਕਰੀਆ।